ਕਹਿੰਦੇ ਵੀ ਪਾਣੀ ਪੰਜਾਬ ਦਾ ਇੰਨਾ ਜ਼ਿਆਦਾ ਦੂਸ਼ਿਤ ਹੋ ਗਿਆ ਵੀ ਬਿਨਾਂ ਫਿਲਟਰ ਤੋਂ ਤਾਂ ਪੀਏ ਨਹੀਂ ਸਕਦੇ। ਪਰ ਅੱਜ ਤੁਹਾਨੂੰ ਇੱਕ ਰੋਪੜ ਦੀ ਅਜਿਹੀ ਥਾਂ 'ਤੇ ਲੈ ਕੇ ਆਏ ਹਾਂ ਜਿੱਥੇ ਦੂਰੋਂ ਦੂਰੋਂ ਲੋਕ ਜਿਹੜੇ ਪਾਣੀ ਭਰਨ ਆਉਂਦੇ ਆ ਅਤੇ ਪੀਣ ਦੇ ਲਈ ਪਾਣੀ ਲੈ ਕੇ ਜਾਂਦੇ ਨੇ। ਨਲਕਾ ਮਿਲਦਾ ਵੀਰੇ, ਦਿਖਾਇਓ ਅੱਜ ਗੇੜੇ ਥੋੜ੍ਹਾ। ਵਾਹ ਜੀ ਵਾਹ ਬਾਈ ਜੀ, ਪਾਣੀ ਸੱਚੋ ਬਰਫ਼ ਵਰਗਾ ਪਾਣੀ ਪਿਆ ਠੰਡਾ। ਇਹ ਮਤਲਬ ਕਿ ਜਿਹੜੇ ਗਰੀਬੀ ਰੇਖਾ ਵਾਲੇ ਆ ਉਹ ਲੋਕ ਇੱਥੇ ਸਾਰੇ ਆਉਂਦੇ ਆ ਜੀ, ਅਮੀਰ ਵੀ ਆਉਂਦੇ, ਗਰੀਬ ਵੀ ਆਉਂਦੇ, ਸਾਰੇ ਆਉਂਦੇ, ਵੱਡੇ ਵੱਡੇ ਅਫਸਰ ਵੀ ਆਉਂਦੇ। ਹਾਂਜੀ ਹਾਂਜੀ, ਸਭ ਆਉਂਦੇ। ਸਰ ਮੈਂ ਤਾਂ ਇਹਦਾ ਜਿਹੜਾ ਪਾਣੀ ਆ ਉਹ ਚੈੱਕ ਕਰਾਇਆ ਹੋਇਆ ਜਿਹੜੇ, ਬਿਲਕੁਲ ਬਿਲਕੁਲ ਉੱਥੇ ਆਸਥਾ ਲੋਕਾਂ ਦੀ ਉਹਦਾ 205 TDS ਹੈ ਅਤੇ ਇਹਦਾ 167 TDS ਹੈ, ਅਤੇ ਜਿਹੜਾ ਉਹ ਉੱਥੇ ਨਲਕਾ ਹੈਡ ਖੂਹੀ 'ਤੇ ਨਵਾਂ ਬੋਰ ਕੀਤਾ ਅਤੇ ਉਹਦਾ TDS ਹੈਗਾ 172। ਇਸ ਦਾ ਪਾਣੀ ਤੁਹਾਨੂੰ ਮਿਲਣਾ ਹੀ ਨਹੀਂ ਕਿਤੇ ਵੀ ਇਸ ਤਰ੍ਹਾਂ ਦਾ, ਇਹ ਤਾਂ ਡੁੱਬਣ ਨੂੰ ਬਥੇਰਾ ਪਰ ਪੀਣ ਨੂੰ ਵੀ ਹੈਗਾ। ਠੀਕ ਹੈ ਨਾ, ਇੱਥੇ ਤਾਂ ਕਹਿੰਦੇ ਜੀ 20-25 ਕਿਲੋਮੀਟਰ ਦੀ ਦੂਰੀ 'ਤੇ ਆਉਂਦੇ ਜੀ ਲੋਕ। ਬਿਲਕੁਲ ਜੀ, ਆਹ ਲੋਧੀ ਮਾਜਰਾ ਉੱਪਰ ਆ ਸਾਰਾ ਹੀ, ਆ ਥਰਮਲ ਵੱਲ ਤੋਂ ਸਾਰੇ ਲੋਕ ਇੱਥੇ ਆਉਂਦੇ ਆ ਜੀ। ਅਤੇ ਮੈਨੂੰ ਦੁੱਖ ਹੁੰਦਾ ਹੈ ਜਿਹੜੇ ਸਾਡੇ ਲੋਕ ਹੈਗੇ, ਬੇਸ਼ੱਕ ਉਹ ਮੰਦਰਾਂ ਗੁਰਦੁਆਰੇ ਮਸਜਿਦਾਂ ਮੱਥਾ ਟੇਕਦੇ ਆ, ਪਰ ਉਹ ਦੇਖੋ ਤੁਸੀਂ ਕਿੰਨਾ ਗੰਦ ਹੈ। ਸਾਡੀਆਂ ਨਦੀਆਂ ਉਹ ਗੰਦ ਕੂੜੇ ਨਾਲ ਭਰੀਆਂ ਹੋਈਆਂ, ਅਤੇ ਜਿਹੜੇ ਬਾਹਰ ਫੋਰਨ ਕੰਟਰੀ ਦੀਆਂ ਉਹਨਾਂ ਦਾ ਥੱਲਾ ਤਲਾ ਵੀ ਸੁੱਜਦਾ ਪਾਣੀ। ਇਹਦਾ ਪਾਣੀ ਦੇ ਪਾਣੀ ਦੇ ਨਾਲ ਨਾਲ ਸਾਡੀ ਪਿੱਤ ਵੀ ਹਟ ਜਾਂਦੀ ਸੀ, ਕਿਉਂਕਿ ਮੇਰਾ ਏਰੀਆ ਜਿਹੜਾ ਭਨਾਮ ਦੇ ਕੋਲ ਪੈਂਦਾ, ਉੱਥੇ ਇਹ ਸਤਲੁਜ ਜਿਹੜਾ ਪਾਣੀ ਹੈ ਉਹ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ, ਪਰ ਇੱਥੇ ਆ ਕੇ ਬਿਲਕੁਲ ਗੰਦ ਘੁਲ ਜਾਂਦਾ। ਅਸੀਂ ਆਪਣੇ ਪਾਣੀ ਦੇ ਵਿੱਚ ਆਪ ਹੀ ਮੀਂਗਣਾ ਘੋਲਣੀ ਆ। ਆਪਣੇ ਮਕਬਰੇ ਕੋਲ ਆ, ਉਹਦਾ 2500 TDS ਹੈ, ਉਹ ਤੁਹਾਡੇ ਕੱਪੜੇ ਵੀ ਖਰਾਬ ਕਰ ਦੂਗਾ। ਜਿਹੜਾ ਬਠਿੰਡੇ ਸਾਈਡ ਪਾਣੀ ਹੈ ਉਹਦੇ ਵਿੱਚ ਜਰੇਨੀਅਮ ਹੈ, ਜਰੇਨੀਅਮ ਇੰਨਾ ਖਤਰਾ ਵੀ ਜੇ ਮੈਂ ਜਰੇਨੀਅਮ ਲਿਆ ਤਾਂ ਤੁਹਾਡੀ ਜੇਬ 'ਚ ਮੈਂ ਪਾ ਤਾ, ਉਹ ਬੰਦੇ ਨੂੰ ਆਪਣੇ ਆਪ ਕੈਂਸਰ ਹੋ ਜਾਣਾ। ਅਸੀਂ ਤਾਂ ਆਪਣੇ ਅਸਲੀ ਪਿਓਰ ਰੋਲੇ ਪਏ ਜੀ, ਬਿਰਧ ਆਸ਼ਰਮ ਜਿਨ੍ਹਾਂ ਨੇ ਆਪਣੇ ਅਸਲੀ ਪਿਓਰ ਰੋਲੇ ਜੀ, ਉਹ ਇਹਨੂੰ ਪਾਣੀ ਨੂੰ ਕੀ ਪਿਤਾ ਸਮਝਣਗੇ ਜੀ। ਜਿਹੜੀਆਂ ਗਿਰਜਾਂ ਖਤਮ ਹੋਈਆਂ ਨਾ, ਉਹ ਜਿਹੜੀਆਂ ਉੱਪਰ ਉੱਡਦੀਆਂ ਸੀ ਜਹਾਜ਼ ਤੋਂ ਵੀ ਉੱਚੋ ਉੱਚੀਆਂ ਜਾਂਦੀਆਂ ਹੈਗੀਆਂ, ਉਹ ਇਸ ਕਰਕੇ ਖਤਮ ਹੋਈਆਂ ਹੈ, ਸਾਡੇ ਟਾਈਮ ਉੱਡਦੀਆਂ ਹੁੰਦੀਆਂ ਸੀਗੀਆਂ, ਅੱਡਾ ਰੂੜੀ ਆਉਂਦੀਆਂ ਸੀਗੀਆਂ, ਪਰ ਲੇਕਿਨ ਕਹਾਣੀ ਜਿਹੜਾ ਅਸੀਂ ਟੀਕਾ ਲਾਉਣਾ ਸ਼ੁਰੂ ਕਰਤਾ ਨਾ ਮੱਝਾਂ ਨੂੰ, ਜਿਹਦੇ ਨਾਲ ਦੁੱਧ ਉੱਤਰ ਜਾਂਦਾ, ਜਦ ਉਹਦਾ ਐਡਾ ਬੜਾ ਮੱਝ ਦਾ ਦਿਮਾਗ ਸੁੰਨ ਹੋ ਸਕਦਾ ਹੈ, ਤਾਂ ਤੁਹਾਡਾ ਹਾਲ ਕੀ ਕਰੂਗਾ ਫਿਰ ਉਹ, ਕਿਉਂਕਿ ਉਹਦੇ ਨਾਲ ਲੇਡੀਜ਼ ਨੂੰ ਮੈਂ ਕਹਿੰਦਾ ਬ੍ਰੈਸਟ ਕੈਂਸਰ ਵੀ ਹੁੰਦਾ ਹੋਊਗਾ, ਅੱਗੇ ਲੜਕਿਆਂ ਦੀ ਫਿਗਰ ਕਿਸ ਤਰ੍ਹਾਂ ਦੀ ਹੁੰਦੀ ਸੀਗੀ। ਅਤੇ ਉਹ ਜਿਹੜੀ ਇਹ ਟੀਕੇ ਲਾਉਣੇ ਆ ਨਾ, ਉਹ ਸਿਰਫ ਮੱਝ ਨੂੰ ਖਰਾਬ ਨਹੀਂ ਕਰਦਾ, ਧੋੜ ਨੂੰ ਵੀ ਖਰਾਬ ਕਰਦਾ ਪਿਆ। ਮੇਰੇ ਪਿੱਛੇ ਨਲਕੇ ਉੱਤੇ ਪਾਣੀ ਭਰਦੇ ਲੋਕ ਤੁਸੀਂ ਵੇਖ ਰਹੇ ਹੋ। ਬਾਈ ਜੀ, ਅੱਜ ਦੇ ਦੌਰ ਦੇ ਵਿੱਚ ਹਰ ਘਰ ਦੇ ਵਿੱਚ ਪਾਣੀ ਦਾ ਫਿਲਟਰ ਲੱਗਿਆ ਹੋਇਆ, ਜਿਹੜਾ ਪਾਣੀ ਨੂੰ ਫਿਲਟਰ ਕਰਦਾ, ਸਾਫ਼ ਕਰਦਾ ਅਤੇ ਲੋਕ ਪੀਂਦੇ ਆ। ਕਹਿੰਦੇ ਵੀ ਪਾਣੀ ਪੰਜਾਬ ਦਾ ਇੰਨਾ ਜ਼ਿਆਦਾ ਦੂਸ਼ਿਤ ਹੋ ਗਿਆ ਵੀ ਬਿਨਾਂ ਫਿਲਟਰ ਤੋਂ ਤਾਂ ਪੀਏ ਨਹੀਂ ਸਕਦੇ। ਪਰ ਅੱਜ ਤੁਹਾਨੂੰ ਇੱਕ ਰੋਪੜ ਦੀ ਅਜਿਹੀ ਥਾਂ 'ਤੇ ਲੈ ਕੇ ਆਏ ਹਾਂ ਜਿੱਥੇ ਦੂਰੋਂ ਦੂਰੋਂ ਲੋਕ ਜਿਹੜੇ ਪਾਣੀ ਭਰਨ ਆਉਂਦੇ ਆ ਅਤੇ ਪੀਣ ਦੇ ਲਈ ਪਾਣੀ ਲੈ ਕੇ ਜਾਂਦੇ ਨੇ। ਅਕਸਰ ਵੇਖਿਆ ਜਾਂਦਾ ਵੀ ਲਾਈਨਾਂ ਉਦੋਂ ਲੱਗਦੀਆਂ ਨੇ ਜਦੋਂ ਪਾਣੀ ਖਤਮ ਹੋ ਜਾਂਦਾ, ਪਰ ਬਾਈ ਜੀ ਰੋਪੜ ਦੀ ਇਹ ਠੰਡੀ ਖੂਹੀ ਕਿਹਾ ਜਾਂਦਾ ਇਹਨੂੰ, ਠੰਡੀ ਖੂਹੀ ਪਾਣੀ ਕਹਿੰਦੇ, ਅਜਿਹਾ ਚੈੱਕ ਹੋਇਆ ਵਾ ਇਹਦਾ ਵੀ ਜਮਾਂ ਹੀ ਸਾਫ਼ ਹੈ, ਮਿੱਠਾ ਪਾਣੀ
ਅਤੇ ਉਹ ਆਪਾਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਲੋਕ ਪਾਣੀ ਭਰਨ ਆਉਂਦੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ। ਇੱਕ ਵਾਰ ਤੁਸੀਂ ਤਸਵੀਰਾਂ ਵੇਖ ਲਓ, ਬਾਈ ਜੀ ਹੋਰੀ ਆਏ ਹੋਏ ਨੇ ਅਤੇ ਇੱਧਰ ਅਤੇ ਦੂਜੇ ਪਾਸੇ ਇੱਕ ਹੋਰ ਨਲਕਾ ਲੱਗਿਆ ਹੋਇਆ ਪਰਲੀ ਸਾਈਡ, ਉੱਧਰ ਵੀ ਜਿਹੜਾ ਹੈਗਾ ਏ ਦੇਖੋ ਤੁਸੀਂ ਭਰ ਰਹੇ ਨੇ। ਰੇਹੜੀਆਂ ਦੇ ਵਿੱਚ ਵੀ ਕੋਈ ਰੇਹੜੀਆਂ ਦੇ ਚਲੇ ਜਾਂਦਾ ਏ, ਕੋਈ ਕਾਰਾਂ ਦੇ ਵਿੱਚ ਲੈ ਕੇ ਆਉਂਦਾ ਏ ਆਪਣੇ ਵਾਟਰ ਕੂਲਰ, ਕੋਈ ਬਾਲਟੀਆਂ ਲੈ ਕੇ ਆਉਂਦਾ ਏ ਅਤੇ ਪਤਾ ਲੱਗਦਾ। ਬਾਈ ਜੀ ਕਹਿੰਦੇ ਇਹਦੇ ਨਾਲ ਇਹ ਨਾ ਸਮਝਿਓ ਵੀ ਇੱਥੇ ਜਿਹੜੇ ਆ ਜੀ ਬਈ ਆਰਥਿਕ ਤੌਰ 'ਤੇ ਜਿਹੜੇ ਲੋਕ ਪੱਧਰ ਤੋਂ ਕਮਜ਼ੋਰ ਨੇ ਉਹੀ ਆਉਂਦੇ ਨੇ, ਸੋ ਗੱਲਬਾਤ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੰਜੀਵ ਜੀ। ਸੰਜੀਵ ਜੀ ਕਿੱਥੋਂ? ਰੋਪੜ ਤੋਂ ਹੀ ਹੋ? ਬਾਈ ਜੀ ਪਹਿਲਾਂ ਤਾਂ ਇਹਦਾ ਇਤਿਹਾਸ ਕੋਈ ਹੈਗਾ, ਇਹ ਤਾਂ ਠੰਡੀ ਖੂਹੀ ਦਾ ਕੋਈ ਬਾਬੇ ਬੁੱਬੇ ਨੇ ਕੋਈ ਦਿੱਤਾ ਹੋਇਆ? ਇਹ ਤਾਂ ਕੁਦਰਤੀ ਇੱਦਾਂ ਹੀ ਆ ਜੀ ਇਹ ਸ਼ੁਰੂ ਤੋਂ। ਹਾਂਜੀ। ਅਤੇ ਕਿੰਨੀ ਕੁ ਭੀੜ ਹੋ ਜਾਂਦੀ ਹੈ ਜੀ ਸ਼ਾਮ ਤੱਕ? ਮਤਲਬ ਕਿ ਹੁਣ ਸਵੇਰੇ ਤੱਕ ਦਿਖਾ ਕੇ ਬਹੁਤ ਭੀੜ ਹੁੰਦੀ, ਸਵੇਰੇ ਬਹੁਤ ਭੀੜ ਹੁੰਦੀ ਉਰੇ, ਕਾਫੀ ਲਾਈਨਾਂ ਲੱਗੀਆਂ ਹੁੰਦੀਆਂ ਜੀ। ਹਾਂਜੀ ਹਾਂਜੀ। ਹਾਂਜੀ ਇਹ ਮਤਲਬ ਕਿ ਜਿਹੜੇ ਗਰੀਬੀ ਰੇਖਾ ਵਾਲੇ ਆ ਉਹ ਲੋਕ ਇੱਥੇ ਭਰਦੇ? ਸਾਰੇ ਆਉਂਦੇ ਆ ਜੀ। ਅੱਛਾ। ਅਮੀਰ ਵੀ ਆਉਂਦੇ, ਗਰੀਬ ਵੀ ਆਉਂਦੇ, ਸਾਰੇ ਆਉਂਦੇ, ਵੱਡੇ ਵੱਡੇ ਅਫਸਰ ਵੀ ਆਉਂਦੇ? ਹਾਂਜੀ ਹਾਂਜੀ ਸਭ ਆਉਂਦੇ ਜੀ। ਮਤਲਬ ਕਿ ਇਹਦੀ ਖਾਸੀਅਤ ਕੀ ਆ ਪਾਣੀ 'ਚ ਜੀ? ਪਾਣੀ ਵਧੀਆ ਜੀ, ਮਿੱਠਾ ਪਾਣੀ, ਠੰਡਾ ਪਾਣੀ। ਅੱਛਾ। ਕਹਿੰਦੇ ਪਾਣੀ ਇੰਨਾ ਠੰਡਾ ਹੁੰਦਾ ਵੀ ਫਰਿੱਜ 'ਚ ਰੱਖਣ ਦੀ ਲੋੜ ਨਹੀਂ? ਹਾਂਜੀ ਹਾਂਜੀ। ਅੱਛਾ। ਹਾਂਜੀ ਹਾਂਜੀ। ਸਾਫ਼ ਸੁਥਰਾ ਪਾਣੀ ਤਾਂ ਬਿਲਕੁਲ, ਤੁਹਾਨੂੰ ਇੱਕ ਵਾਰ ਦਿਖਾ ਦਈਏ ਬਈ ਸਾਫ਼ ਸੁਥਰਾ ਪਾਣੀ ਇੱਥੋਂ, ਮਤਲਬ ਕਿ ਸਿਰਫ ਰੋਪੜ ਦੇ ਨਹੀਂ, ਰੋਪੜ ਦੇ ਲਾਗ ਪਾਸ ਦੇ 15-20 ਕਿਲੋਮੀਟਰ ਦੇ ਦਾਇਰੇ ਦੇ ਪਿੰਡਾਂ ਦੇ ਲੋਕ ਵੀ ਕਹਿੰਦੇ ਇੱਥੇ ਆਉਂਦੇ ਨੇ। ਸੋ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਜੀ? ਸੁਰਜੀਤ ਸਿੰਘ ਜੀ। ਕਿੱਥੋਂ ਤੁਸੀਂ ਜੀ? ਰੋਪੜ ਤੋਂ ਹੀ ਆ ਜੀ। ਅੱਛਾ ਜੀ। ਕਿੰਨੀ ਦੇਰ ਤੋਂ ਇੱਥੇ ਪਾਣੀ ਭਰਨ ਆਉਂਦੇ ਹੋ ਤੁਸੀਂ? ਅਜੇ ਤਾਂ ਥੋੜ੍ਹੀ ਦੇਰ ਤੋਂ ਆਉਣੇ ਆ, 2-4 ਮਹੀਨੇ ਤੋਂ ਹੀ। ਅੱਛਾ ਜੀ। ਹਾਂਜੀ। ਅਤੇ ਕਿਵੇਂ ਦਾ ਪਾਣੀ ਹੈ ਲੱਗਿਆ ਤੁਹਾਨੂੰ ਜੀ? ਪਾਣੀ ਵਧੀਆ ਜੀ, ਫਿਲਟਰ ਵਾਲੇ ਪਾਣੀ ਨਾਲ ਵਧੀਆ ਆ, ਜਿਹੜਾ ਅਸੀਂ ਘਰ ਫਿਲਟਰ ਕਰਦੇ ਹਾਂ ਉਹਦੇ ਨਾਲ ਵਧੀਆ ਜੀ। ਇਹ ਤੁਹਾਨੂੰ ਕਿਹਨੇ ਦੱਸਿਆ ਸੀ ਜੀ ਬਈ ਇੱਥੇ ਇਸ ਤਰ੍ਹਾਂ ਹੁੰਦਾ? ਲੋਕਲੀ ਰਹਿੰਦੇ, ਸਾਨੂੰ ਤਾਂ ਪਤਾ ਹੀ ਹੈ ਜੀ, ਪਰ ਪਹਿਲਾਂ ਨਹੀਂ ਸੀ ਅਸੀਂ ਆਉਂਦੇ ਰਹੇ, ਪਰ ਹੁਣ ਆਉਂਦੇ। ਪਰ ਕਿੰਨੀ ਦੇਰ ਤੋਂ ਜੀ ਇਸ ਤਰ੍ਹਾਂ ਦਾ ਲੋਕਾਂ ਦਾ ਇੱਥੇ ਜਿਹੜਾ ਹੈਗਾ ਇਹ ਲਾਈਨਾਂ ਲੱਗਦੀਆਂ ਰਹਿੰਦੀਆਂ? ਕਿੰਨੀ ਦੇਰ ਤੋਂ ਆ ਜੀ? ਕੋਈ ਸਾਨੂੰ ਵੀ ਇੱਥੇ 24-25 ਸਾਲ ਹੋ ਗਿਆ ਰਹਿੰਦੇ ਆ ਰੋਪੜ 'ਚ। ਹਾਂਜੀ। ਇਹ ਉਦੋਂ ਦੇ ਲੈ ਜਾ ਰਹੇ ਆ ਜੀ ਕਾਫੀ ਜ਼ਿਆਦਾ। ਮਤਲਬ ਕਿ ਇਹਦਾ ਟੈਸਟ ਹੋਇਆ ਪਿਆ ਪਾਣੀ ਦਾ ਜੀ? ਕਹਿੰਦੇ ਟੈਸਟ ਹੋਇਆ ਪਿਆ, ਵਧੀਆ ਆ, ਪੀ ਕੇ ਦੇਖ ਲਓ ਟੇਸਟ ਦਾ ਫਰਕ ਹੁੰਦਾ ਜੀ। ਅੱਛਾ। ਤੁਸੀਂ ਫਿਲਟਰ ਦਾ ਪੀ ਲਓ, ਇਹ ਪੀ ਲਓ, ਜ਼ਿਆਦਾ ਮਿੱਠਾ ਹੈ ਜੀ। ਹਾਂਜੀ, ਫਰਕ ਹੈ ਇਹਦੇ 'ਚ ਜੀ। ਕੋਈ ਪੀਲਾ ਪਾਣੀ ਇਹਦੇ 'ਚ? ਕੋਈ ਸਾਫ਼ ਪਾਣੀ ਜੀ, ਸਾਫ਼ ਪਾਣੀ ਬਿਲਕੁਲ। ਕਮਾਲ ਹੈ। ਅਤੇ ਇਹ ਹੁਣ ਟੂਟੀਆਂ ਵੀ ਲਾ ਦਿੱਤੀਆਂ ਜੀ ਇਹ? ਹਾਂਜੀ, ਇਹ ਜਦੋਂ ਰਸ਼ ਜ਼ਿਆਦਾ ਪੈ ਜਾਂਦਾ ਫਿਰ ਮੋਟਰ 'ਚ ਲਾ ਦਿੰਦੇ ਆ, ਅਤੇ ਫਿਰ ਇੱਧਰੋਂ ਵੀ ਭਰ ਲੈਂਦੇ ਆ ਜੀ। ਤਾਂ ਬਿਲਕੁਲ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ। ਤਾਂ ਤੁਸੀਂ ਕਿੱਥੇ ਕੰਮ ਕਰਦੇ ਹੋ ਸਾਰੇ? ਕਿੱਥੇ ਕਰਦੇ? ਕਰਦੇ ਰੋਡ ਵਿੱਚ। ਰੋਡ ਵਿੱਚ ਜੀ। ਅਤੇ ਕਿੰਨੀ ਦੇਰ ਤੋਂ ਇੱਥੇ ਪਾਣੀ ਭਰਦੇ? ਅਸੀਂ ਹੋ ਗਏ 2-3 ਸਾਲ ਭਰਦੇ ਨੂੰ। 2-3 ਸਾਲ? ਅਤੇ ਇੱਥੋਂ ਹੀ ਕਿਉਂ ਮਤਲਬ ਕਿ ਲੈ ਕੇ ਜਾਂਦੇ ਤੁਹਾਡੇ? ਪਾਣੀ ਠੰਡਾ ਹੈ, ਸਾਫ਼ ਹੈ। ਕਿੰਨੀ ਦੂਰ ਤੋਂ ਆਉਂਦੇ ਤੁਸੀਂ ਮਤਲਬ ਕਿ ਕੰਮ ਕਿੱਥੇ ਤੁਹਾਡਾ? ਇੱਥੇ ਹੀ ਆ, ਲੱਗੇ ਆ। 1.5 ਕਿਲੋਮੀਟਰ? 1.5 ਕਿਲੋਮੀਟਰ ਉੱਥੇ ਵੀ ਹੈ ਹੋਣਾ ਪਾਣੀ ਤਾਂ ਵੈਸੇ? ਹਾਂ, ਮੋਟਰ ਲੱਗੀ ਵੀ, ਪਰ ਉਹ ਪਾਣੀ ਸਾਫ਼ ਨਹੀਂ ਹੈ ਥੋੜ੍ਹਾ। ਅੱਛਾ। ਸਾਫ਼ ਅਤੇ ਮਿੱਠਾ ਹੈ? ਸਾਫ਼ ਅਤੇ ਮਿੱਠਾ। ਸੋ ਬਿਲਕੁਲ ਸ਼ੁਕਰੀਆ ਜੀ ਤੁਹਾਡਾ, ਧੰਨਵਾਦ। ਲਓ ਜੀ ਫੜਾ ਦਿੰਦਾ ਮੈਂ ਤੁਹਾਨੂੰ, ਕੋਈ ਨਹੀਂ, ਲਓ ਜੀ। ਠੀਕ ਹੈ ਜੀ, ਧੰਨਵਾਦ ਜੀ। ਸੋ ਰੋਡਵੇਜ਼ ਦੇ ਮੁਲਾਜ਼ਮ ਅਤੇ ਜਾਂ ਫਿਰ ਸਿਕਿਉਰਿਟੀ ਦੇ ਵਿੱਚ ਕੰਮ ਕਰਦੇ ਵੀਰ ਦੇ ਨਾਲ ਮੁਲਾਜ਼ਮ ਆਇਆ ਸੀਗਾ ਰੋਡਵੇਜ਼ ਦਾ, ਉਹ ਵੀ ਇੱਥੋਂ ਜਿਹੜਾ ਪਾਣੀ ਆ ਜਿਹੜੇ ਭਰਨ ਆਏ ਸੀਗੇ। ਅਤੇ ਇਸ ਤੋਂ ਇਲਾਵਾ ਥੋੜ੍ਹੀ ਦੂਰ ਆ ਇੱਥੋਂ ਪਰਲੀ ਸਾਈਡ, ਉੱਧਰ ਵੀ ਤੁਹਾਨੂੰ ਜ਼ਰੂਰ ਦਿਖ ਜਾਏਗਾ। ਅਸਲ ਦੇ ਵਿੱਚ ਮੈਂ ਤੁਹਾਨੂੰ ਲੋਕੇਸ਼ਨ ਦੱਸਾਂ, ਰੋਪੜ ਦਾ ਹੈੱਡ ਪੁਲ ਹੈ, ਹੈੱਡ ਦੇ ਬਿਲਕੁਲ ਨਾਲ, ਜਿਹਨੂੰ ਤੁਸੀਂ ਜਦੋਂ ਰੋਪੜ ਆਉਂਦੇ ਹੋ ਤਾਂ ਹੈੱਡ 'ਤੇ ਆਓਗੇ ਜਦੋਂ ਰੋਪੜ ਦੇ, ਤਾਂ ਇੱਥੇ ਆ ਕੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਜਦੋਂ ਤੁਸੀਂ ਪੁੱਛੋਗੇ ਕਿਸੇ ਨੂੰ ਵੀ ਬਈ ਠੰਡੀ ਖੂਹ 'ਤੇ ਜਾਣਾ ਬਾਈ ਜੀ, ਤਾਂ ਠੰਡੀ ਖੂਹ 'ਤੇ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ
ਇਹ ਨਲਕਾ ਮਿਲਦਾ ਵੀਰੇ, ਦਿਖਾਇਓ ਅੱਜ ਗੇੜੇ ਥੋੜ੍ਹਾ। ਵਾਹ ਜੀ ਵਾਹ ਬਾਈ ਜੀ, ਪਾਣੀ ਸੱਚੋ ਬਰਫ ਵਰਗਾ ਪਾਣੀ ਪਿਆ ਠੰਡਾ, ਬਿਲਕੁਲ ਬਾਈ ਪਾਣੀ ਬਿਲਕੁਲ ਬਹੁਤ ਮਿੱਠਾ ਪਾਣੀ ਆ, ਕੋਈ ਕਿਸੇ ਤਰ੍ਹਾਂ ਦੀ ਕੋਈ ਇਹ ਨਹੀਂ ਕਿਹਾ ਜਾ ਸਕਦਾ ਵੀ ਇੱਕ ਹੁੰਦਾ ਨਹੀਂ ਵੀ ਨਮਕੀਨ ਪਾਣੀ, ਕਿਉਂਕਿ ਨਹਿਰ ਦਾ ਕੰਢਾ ਨੇੜੇ ਆ, ਉਹਦੇ ਬਾਵਜੂਦ ਵੀ ਪਾਣੀ ਬਹੁਤ ਮਿੱਠਾ। ਕਿੱਥੋਂ ਆਏ ਜੀ ਤੁਸੀਂ? ਸਰ ਮੈਂ ਸ਼ਹੀਦ ਭਗਤ ਸਿੰਘ ਨਗਰ ਤੋਂ ਆਇਆ ਜੀ। ਸਰ ਮੈਂ ਇਹਦਾ ਜਿਹੜਾ ਪਾਣੀ ਉਹ ਚੈੱਕ ਕਰਾਇਆ ਹੋਇਆ ਹੈ ਜਿਹੜੇ, ਬਿਲਕੁਲ ਬਿਲਕੁਲ ਉੱਥੇ ਆਸਥਾ ਲੋਕਾਂ ਦੀ ਉਹਦਾ 205 TDS ਹੈ ਅਤੇ ਇਹਦਾ 167 TDS ਹੈ, ਅਤੇ ਜਿਹੜਾ ਉਹ ਉੱਥੇ ਨਲਕਾ ਹੈਡ ਖੂਹੀ 'ਤੇ ਨਵਾਂ ਬੋਰ ਕੀਤਾ ਅਤੇ ਉਹਦਾ TDS ਹੈਗਾ 172, ਕਿਉਂਕਿ ਇਹੀ ਇੱਕ ਪਾਣੀ ਬਚਿਆ ਹੈ। ਅਤੇ ਮੈਨੂੰ ਦੁੱਖ ਹੁੰਦਾ ਹੈ ਜਿਹੜੇ ਸਾਡੇ ਲੋਕ ਹੈਗੇ, ਬੇਸ਼ੱਕ ਉਹ ਮੰਦਰਾਂ ਗੁਰਦੁਆਰੇ ਮਸਜਿਦਾਂ ਵੀ ਮੱਥਾ ਟੇਕਦੇ ਆ, ਪਰ ਉਹ ਦੇਖੋ ਤੁਸੀਂ ਕਿੰਨਾ ਗੰਦ ਹੈ। ਆਪਾਂ ਕਹਿੰਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨਹਿਰ ਦੇ, ਲੇਕਿਨ ਜਿਹੜੀਆਂ ਸਾਡੀਆਂ ਨਦੀਆਂ ਉਹ ਗੰਦ ਕੂੜੇ ਨਾਲ ਭਰੀਆਂ ਹੋਈਆਂ ਹੈ, ਅਤੇ ਜਿਹੜੇ ਬਾਹਰ ਫੋਰਨ ਕੰਟਰੀ ਦੀਆਂ ਉਹਨਾਂ ਦਾ ਥੱਲਾ ਤਲਾ ਵੀ ਸੁੱਜਦਾ ਪਾਣੀ ਦਾ। ਮੈਂ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਰਿਆਵਾਂ 'ਚ ਨਹਾਉਂਦੇ ਸੀਗੇ, ਇਹਦਾ ਪਾਣੀ ਦੇ ਪਾਣੀ ਦੇ ਨਹਾਉਣ ਨਾਲ ਸਾਡੀ ਪਿੱਤ ਵੀ ਹਟ ਜਾਂਦੀ ਸੀ, ਕਿਉਂਕਿ ਮੇਰਾ ਏਰੀਆ ਜਿਹੜਾ ਭਨਾਮ ਦੇ ਕੋਲ ਪੈਂਦਾ, ਉੱਥੇ ਇਹ ਸਤਲੁਜ ਦਾ ਪਾਣੀ ਹੈ ਉਹ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ, ਪਰ ਇੱਥੇ ਆ ਕੇ ਬਿਲਕੁਲ ਗੰਦ ਘੁਲ ਜਾਂਦਾ ਹੈ। ਸਾਨੂੰ ਦੁੱਖ ਹੈ ਕਿ ਅਸੀਂ ਇਹਨਾਂ ਨੂੰ ਆਪਣੇ ਜਿਹੜੇ ਪਵਨ ਗੁਰੂ ਪਹਾੜੀ, ਇਹਨਾਂ ਨੂੰ ਆਪਣੇ ਮਾਂ ਦੇ ਪਿਤਾ ਦੇ ਸਮਾਨ ਸਮਝਦੇ ਹਾਂ ਅਸੀਂ, ਇਹਨੂੰ ਧਰਤੀ ਮਾਂ ਨੂੰ ਅਸੀਂ ਮਾਂ ਦੇ ਸਮਾਨ ਸਮਝਦੇ ਹਾਂ। ਅਸੀਂ ਇਹਦੀ ਧਰਤੀ ਦੇ ਇੱਕ ਤਾਂ ਦਵਾਈਆਂ ਸਿੱਟ ਸਿੱਟ ਕੇ ਅਸੀਂ ਨੂੰ ਜ਼ਹਿਰੀਲਾ ਕਰ ਲਿਆ, ਫਿਰ ਅਸੀਂ ਕਹਿੰਦੇ ਹਾਂ ਵੀ ਰੱਬ ਦੀ ਬੰਦੇ ਨੇ ਐਵੇਂ ਲਿਖੀ, ਅਸੀਂ ਰੱਬ ਨੇ ਐਵੇਂ ਨਹੀਂ ਲਿਖੀ ਹੈ, ਅਸੀਂ ਆਪਣੇ ਪਾਣੀ ਦੇ ਵਿੱਚ ਆਪ ਹੀ ਮੀਂਗਣਾ ਘੋਲਣੀ ਆ। ਇਹ ਉਹ ਦਿਨ ਦੂਰ ਨਹੀਂ ਹੈ ਜਦੋਂ ਮੈਂ ਦਸੂਆ ਜੋਬ ਕਰਦਾ ਸੀ ਤਾਂ ਉੱਥੇ ਬੰਦੇ ਨੂੰ ਕਿਹਾ ਸੀ ਮੈਂ ਕਿਹਾ ਸਰ ਸਾਡੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਡੈਥ ਹੋ ਰਹੀ ਹੈ। ਕਹਿੰਦਾ ਕੋਈ ਗੱਲ ਨਹੀਂ, ਜਿਹੜੀ ਯੂਰੀਆ ਹੈ ਉਹ 10 ਫੁੱਟ ਤੱਕ ਪੁੱਜ ਚੁੱਕੀ ਹੈ, 10 ਫੁੱਟ ਹੋਰ ਹੈ, ਲੋਕਾਂ ਨੇ ਆਪਣੇ ਆਪ ਹੀ ਮੌਤ ਦੇ ਕਿਨਾਰੇ ਪੁੱਜ ਜਾਣਾ ਹੈ। ਠੀਕ ਹੈ, ਮੈਨੂੰ ਬਹੁਤ ਦੁੱਖ ਹੁੰਦਾ ਹੈ, ਪਰ ਮੈਂ ਬਹੁਤ ਸਾਰੇ ਲੋਕਾਂ ਨੂੰ ਜਦ ਮੈਂ ਰੋਕਦਾ ਹੈ। ਪਾਣੀ ਤੁਸੀਂ ਆਪ ਚੈੱਕ ਕਰਵਾਇਆ? ਹਾਂਜੀ ਬਿਲਕੁਲ ਜੀ, ਆਪ ਕਰਾਇਆ ਜੀ। ਬਹੁਤ ਵਧੀਆ। ਮਤਲਬ ਕਿ ਭਾਅ ਜੀ ਜੇ ਆਪਾਂ ਨੋਰਮਲ ਦੇਖੀਏ ਵੀ TDS ਕਿੰਨਾ ਚਾਹੀਦਾ ਹੁੰਦਾ ਜੀ ਆਪਾਂ? ਹਾਂਜੀ ਹਾਂਜੀ, ਕਿੰਨੇ ਤੱਕ ਚਾਹੀਦਾ? ਇਹ ਜਾਣੀ ਕਿ 200-300 ਤੱਕ ਵੀ ਜਾਇਜ਼ ਹੈ। ਠੀਕ ਹੈ, ਪਰ ਲੇਕਿਨ ਇਹ ਸਭ ਤੋਂ ਵਧੀਆ ਫਿਲਟਰ ਨਾਲੋਂ ਵੀ ਵਧੀਆ ਜੀ, ਕਿਉਂਕਿ ਫਿਲਟਰ ਕਰਕੇ ਕਹਿੰਦੇ ਉਹ ਹੱਡੀਆਂ ਵੀ ਖੋਰ ਦਿੰਦਾ ਜੀ। ਇਸ ਦਾ ਪਾਣੀ ਤੁਹਾਨੂੰ ਮਿਲਣਾ ਹੀ ਨਹੀਂ ਕਿਤੇ ਵੀ ਇਸ ਤਰ੍ਹਾਂ ਦਾ, ਇਹ ਤਾਂ ਡੁੱਬਣ ਨੂੰ ਬਥੇਰਾ ਪਰ ਪੀਣ ਨੂੰ ਨਹੀਂ ਹੈਗਾ। ਠੀਕ ਹੈ ਨਾ, ਇੱਥੇ ਤਾਂ ਕਹਿੰਦੇ ਜੀ 20-25 ਕਿਲੋਮੀਟਰ ਦੀ ਦੂਰੀ ਤੋਂ ਆਉਂਦੇ ਜੀ ਲੋਕ। ਬਿਲਕੁਲ ਜੀ, ਆਹ ਲੋਧੀ ਮਾਜਰਾ ਉੱਪਰ ਇਹ ਹੈ ਸਾਰਾ ਹੀ, ਆ ਥਰਮਲ ਵੱਲ ਤੋਂ ਸਾਰੇ ਲੋਕ ਇੱਥੇ ਆਉਂਦੇ ਆ ਜੀ, ਅਤੇ ਜਿਹੜਾ ਸਾਰਾ ਹੀ ਆਪਣੇ ਮਕਬਰੇ ਕੋਲ ਆ ਉਹਦਾ 2500 TDS ਹੈ, ਉਹ ਤੁਹਾਡੇ ਕੱਪੜੇ ਵੀ ਖਰਾਬ ਕਰ ਦੂਗਾ, ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਇੱਥੇ। ਆਪਾਂ ਆਪਣੀ ਧਰਤੀ ਨੂੰ ਜੇ ਇਹ ਪਾਣੀ ਇੰਨਾ ਸਾਫ਼ ਆ ਤਾਂ ਮਤਲਬ ਸਾਰਾ ਸਾਡੇ ਪੰਜਾਬ ਦਾ ਪਾਣੀ ਇੰਨਾ ਹੀ ਸਾਫ਼ ਹੋਣਾ, ਅਸੀਂ ਗੰਦਲੇ ਕਰ ਲਏ। ਅਤੇ ਜਿਹੜਾ ਸਾਡਾ ਜਿਹੜਾ ਪਾਣੀ ਜਿਸ ਜਿੱਧਰ ਕਹਿੰਦੇ ਨਾ ਆਪਣਾ ਵੀ ਇੱਕ ਸਾਡੇ ਪ੍ਰੋਫੈਸਰ ਸਾਹਿਬ ਸ਼੍ਰੀ ਬੇਲਾ ਕਾਲਜ ਪੜ੍ਹਾਉਂਦੇ ਸੀਗੇ, ਸ਼੍ਰੀ ਡਾਕਟਰ ਦਲਜੀਤ ਸਿੰਘ ਜੀ, ਖਰਾ ਬਲਜੀਤ ਸਿੰਘ ਨਾਂ ਹੋਵੇ, ਉਹ ਕਹਿੰਦਾ ਜਿਹੜਾ ਬਠਿੰਡੇ ਸਾਈਡ ਪਾਣੀ ਹੈ ਨਾ ਉਹਦੇ ਵਿੱਚ ਜਰੇਨੀਅਮ ਹੈ, ਜਰੇਨੀਅਮ ਇੰਨਾ ਖਤਰਾ ਵੀ ਜੇ ਮੈਂ ਜਰੇਨੀਅਮ ਲਿਆ ਤਾਂ ਤੁਹਾਡੀ ਜੇਬ 'ਚ ਮੈਂ ਪਾ ਤਾ ਉਹ ਬੰਦੇ ਨੂੰ ਆਪਣੇ ਆਪ ਕੈਂਸਰ ਹੋ ਜਾਣਾ। ਉਹ ਅਸੀਂ ਪੀ ਜਾਂਦੇ ਹਾਂ, ਅਸੀਂ ਪੀ ਰਹੇ ਹਾਂ ਇਸ ਕਰਕੇ ਕਿਉਂਕਿ ਸਾਡੇ ਲੋਕ ਸੋਚ ਮਾੜੀ ਹੈ, ਕਿਉਂਕਿ ਇਹ ਲੋਕ ਸੋਚਦੇ ਨਹੀਂ ਵੀ ਅਸੀਂ ਪਾਣੀ ਨੂੰ ਇਹਨੂੰ ਸਵੱਛ ਰੱਖੀਏ। ਜੇ ਮੈਂ ਕਿਸੇ ਨੂੰ ਰੋਕਦਾ, ਮੈਂ 1-2 ਬੰਦੇ ਸਰਦਾਰ ਵੀ ਰੋਕੇ ਆ, ਮੈਂ ਕਿਹਾ ਯਾਰ ਮੈਂ ਤੁਹਾਨੂੰ ਕੁਛ ਨਹੀਂ ਕਹਿਣਾ, ਜੇ ਕਿਤੇ ਸਾਡੇ ਜਿਹੜੇ ਜੁਡੀਸ਼ੀਅਲ ਫੀਸਰ ਨੇ ਤੁਹਾਨੂੰ ਦੇਖ ਲਿਆ ਉਹ ਤੁਹਾਨੂੰ ਸਜ਼ਾ ਵੀ ਕਰ ਸਕਦਾ ਹੈ। ਠੀਕ ਨਹੀਂ, ਤੁਸੀਂ ਪਾਣੀ 'ਚ ਤੁਸੀਂ ਗੰਦ ਨਹੀਂ ਸੁੱਟ ਸਕਦੇ। ਅਤੇ ਇੱਕ ਬੰਦੇ ਨੂੰ ਕਿਹਾ, ਇੰਨਾ ਸਾਰਾ ਉਹਨੂੰ ਸਮੱਗਰੀ ਲਿਆਂਦੀ, ਉਹਨੂੰ ਜਾ ਕੇ ਉਹਨੂੰ ਦਰਿਆ 'ਚ ਸੁੱਟ ਦਿੱਤੀ ਆਪਣੇ ਇਸ ਨਹਿਰ 'ਚ। ਮੈਂ ਕਿਹਾ ਦੇਖੋ ਇਸ ਪਾਣੀ ਵਾਸਤੇ ਲੜਾਈ ਹੁੰਦੀ ਹੈ ਅਤੇ ਤੁਸੀਂ ਮੈਂ ਕਿਹਾ ਇਸ ਪਾਣੀ 'ਚ ਗੰਦ ਸੁੱਟ ਰਹੇ ਹਾਂ। ਕਹਿੰਦੇ ਤੁਹਾਨੂੰ ਕੀ ਇਤਰਾਜ਼ ਹੈ? ਮੈਂ ਕਿਹਾ ਮੈਨੂੰ ਬਹੁਤ ਇਤਰਾਜ਼ ਹੈ।
ਮੈਨੂੰ ਹੈ ਵੀ ਹੈਗਾ। ਮੈਂ ਕਿਹਾ ਤੁਸੀਂ ਕਿਉਂ ਸੁੱਟ ਰਹੇ ਹੈ? ਮੈਂ ਕਿਹਾ ਦੇਖੋ ਕਿੰਨਾ ਪਾਣੀ ਸਾਫ ਹੈ ਅਤੇ ਤੁਸੀਂ ਇਹਦੇ ਜਿੱਦਾਂ ਕਊਆ ਬਹਿ ਜਾਂਦਾ ਇੱਕ ਉਸ ਤਰ੍ਹਾਂ ਪਾਣੀ ਦੇ ਵਿੱਚ ਤੁਸੀਂ ਇਹ ਗੰਦ ਸੁੱਟਤਾ। ਇਹ ਤਾਂ ਭਾਅ ਜੀ ਚਲੋ ਇਹ ਤਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਪਾਣੀ ਨੂੰ ਪਿਓ ਦਾ ਦਰਜਾ ਦਿੱਤਾ, ਅਸੀਂ ਤਾਂ ਆਪਣੇ ਅਸਲੀ ਪਿਓ ਰੋਲੇ ਪਏ ਜੀ। ਬਿਰਧ ਆਸ਼ਰਮ ਜਿਨ੍ਹਾਂ ਨੇ ਆਪਣੇ ਅਸਲੀ ਪਿਓ ਰੋਲ ਲਏ ਜੀ, ਉਹ ਇਹਨੂੰ ਪਾਣੀ ਨੂੰ ਕੀ ਪਿਤਾ ਸਮਝਣਗੇ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਸਾਡੇ ਲੋਕ ਹੈ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਨ੍ਹਾਂ ਨੇ 500 ਸਾਲ ਪਹਿਲਾਂ ਗੱਲ ਲਿਖੀ ਹੈ, ਠੀਕ ਹੈ ਨਹੀਂ, ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਨਹੀਂ ਦੇ ਸਕਦੇ ਹੈ। ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਕੰਸਟੀਟਿਊਸ਼ਨ ਆਫ ਆਵਰ ਲਾਈਫ ਹੈ, ਅਸੀਂ ਲੰਬੀ ਜ਼ਿੰਦਗੀ ਜੀ ਸਕਦੇ ਹਾਂ। ਪਰ ਇੱਕ ਹੋਰ ਵੀ ਮਜ਼ੇ ਵਾਲੀ ਗੱਲ ਹੈ, ਅਸੀਂ ਕਹਿੰਦੇ ਹਾਂ ਵੀ ਮਨ ਜਾਣ ਤਾਂ ਸਭ ਕੁਛ ਜਾਣ ਤੋਂ ਗੁਣ ਕਰੇ ਕਾਹੇ ਗਈ ਕੁਸ਼ਲਾਤ ਹਾਥ ਮੇ ਦੀ ਆ ਗਏ ਕੂਆਂ ਪਰੇ। ਲੋਕਾਂ ਨੂੰ ਪਤਾ ਹੈ ਵੀ ਅਸੀਂ ਧਰਤੀ 'ਤੇ ਅਸੀਂ ਦਵਾਈਆਂ ਛਿੜਕ ਰਹੇ ਹਾਂ, ਸਾਡੇ ਬੱਚਿਆਂ ਨੇ ਖਾਣੀਆਂ ਪਾਣੀ ਪੀਣਾ ਹੈ, ਅਤੇ ਪਤਾ ਸਾਰਿਆਂ ਨੂੰ ਤਾਂ ਮਨ ਜਾਣ ਸਾਡਾ ਮਨ ਜਾਣਦਾ ਜਾਣ ਤੋਂ ਗੁਣ ਕਰੇ, ਅਸੀਂ ਜਾਣ ਬੁੱਝ ਕੇ ਉਹ ਗੁਣ ਕਰੇ ਕਰਦੇ ਹਾਂ। ਕਾਹੇ ਕੀ ਕੁਸ਼ਲਾਤ ਹੱਥ ਮੇ ਦੀ ਆ ਗਏ ਕੂਆਂ ਪਰੇ, ਵੀ ਇਹੋ ਜਿਹੇ ਬੰਦੇ ਦਾ ਹਾਲ ਚਾਲ ਪੁੱਛਣ ਦੀ ਕੋਈ ਜ਼ਰੂਰਤ ਨਹੀਂ, ਜਿਹਨੇ ਹੱਥ 'ਚ ਨੂੰਹਾਂ ਤੋਂ ਹੀ ਫੜੀ ਹੈ ਤੂੰ ਮੁੜ ਕੇ ਫੇਖੂ ਛਾਲ ਮਾਰ ਦਿੱਤੀ। ਸੋ ਮੇਰੀ ਤਾਂ ਇਹ ਸੋਚ ਹੈ, ਮੈਂ ਚਾਹੁੰਦਾ ਨਹੀਂ ਹੈਗਾ, ਜੇ ਮੈਨੂੰ ਮੈਂ ਕਈਆਂ ਨੂੰ ਰੋਕਦਾ ਵੀ ਹੈਗਾ, ਠੀਕ ਨਹੀਂ, ਪਰ ਲੋਕ ਸੁਣਦੇ ਨਹੀਂ ਹੈ, ਗੱਲ ਨੂੰ ਪੈਂਦੇ ਹੈ। ਤੁਸੀਂ ਤਾਂ ਪੁੰਨ ਖੱਟ ਹੀ ਰਹੇ ਹੋ, ਪਰਮਾਤਮਾ ਦੀ ਦਰਗਾਹ 'ਚ ਤਾਂ ਤੁਸੀਂ ਠੀਕ ਹੀ ਮੰਨੇ ਜਾਓਗੇ ਨਾ, ਲੋਕ ਮੰਨੇ ਨਾ ਮੰਨੇ ਜੀ। ਆਪਣਾ ਉੱਪਰ ਰੱਬ ਹੈ ਅਤੇ ਥੱਲੇ ਜੱਬ ਹੈ, ਠੀਕ ਹੈ ਕਿ ਨਹੀਂ? ਸਾਨੂੰ ਇਹ ਸ਼ਰਾਰਤੀ ਲੋਕਾਂ ਦੀ ਕਾਢ ਹੈ, ਠੀਕ ਹੈ ਨਹੀਂ? ਰੱਬ ਕੀ ਅਸੀਂ ਪਾਣੀ ਨੂੰ ਅਸੀਂ ਪਿਤਾ ਦੇ ਸਮਾਨ ਸਮਝਦੇ, ਇਹਦੇ ਤਾਂ ਅਸੀਂ ਸੁੱਟਣੇ ਗੰਦ ਸੁੱਟ ਰਹੇ ਹਾਂ। ਅਸੀਂ ਸਿਰਫ ਇਹੀ ਇੱਕ ਬੈਲਟ ਹੈ, ਇਹੀ ਦੋ ਤਿੰਨ ਨਲਕੇ ਹੈਗੇ ਜਿੱਥੇ ਦਾ ਪਾਣੀ ਪੀਣ ਨੂੰ ਮੈਂ ਤੁਹਾਨੂੰ ਕਿਤੇ ਵੀ ਰੋਪੜ ਡਿਸਟ੍ਰਿਕਟ ਤੁਹਾਨੂੰ ਪਾਣੀ ਪੀਣ ਨੂੰ ਨਹੀਂ ਕਿਤੇ ਮਿਲਣਾ, ਠੀਕ ਹੈ ਨਹੀਂ? ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੋਹਨ ਲਾਲ ਹੈ। ਸੋਹਨ ਲਾਲ, ਠੀਕ ਹੈ ਜੀ। ਮਤਲਬ ਕਿ ਹੁਣ ਤੁਸੀਂ ਰੋਪੜ ਹੀ ਰਹਿੰਦੇ ਇੱਥੇ? ਸ਼ੀਰ, ਹਾਂਜੀ ਹਾਂਜੀ, ਦੂਰ ਹੈ ਜੀ ਇੱਥੋਂ 5-4 ਕਿਲੋਮੀਟਰ ਦਾ ਫਰਕ ਹੈ ਮੇਰਾ। ਆਪਣੇ ਡੀਸੀ ਕੋਰਟ ਜਿਹੜੀ ਆ ਕੋਰਟ ਕੰਪਲੈਕਸ ਹੈ, ਇੱਥੇ ਆਉਂਦੇ ਹਾਂ। ਜੋਬ ਤੁਸੀਂ ਰਿਟਾਇਰ ਹੋ ਗਏ ਚੀਜ਼ਾਂ ਕਰਦੇ? ਮੈਂ ਜੁਡੀਸ਼ੀਅਲ ਡਿਪਾਰਟਮੈਂਟ 'ਚ ਜੋਬ ਕਰਦਾ ਸਟਿਲ। ਹਾਂਜੀ, ਵਧੀਆ ਜੀ। ਤੁਹਾਡਾ ਤੁਸੀਂ ਆਪਣਾ ਤੁਹਾਡਾ ਇੱਕ ਕਿੱਤਾ ਵੀ ਆ, ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ, ਚੰਗੀ ਗੱਲ ਹੈ ਜੀ। ਇਮਾਨਦਾਰੀ ਦੇ ਨਾਲ ਤੁਸੀਂ ਤਰਕੀ ਸੁਸਾਇਟੀ ਨਾਲ ਵੀ ਜੁੜੇ ਹੋਏ ਹਾਂ, ਅਤੇ ਹੋਰ ਜਿੱਦਾਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਅਸੀਂ ਕਰਦੇ ਹਾਂ, ਅਸੀਂ ਕੋਲੋਂ ਕੰਟਰੀਬਿਊਸ਼ਨ ਕਰਦੇ ਹਾਂ, ਅਤੇ ਬਾਕੀ ਤਾਂ ਜਿਸ ਤਰ੍ਹਾਂ ਲੋਕਾਂ ਨੂੰ ਮਨਜ਼ੂਰ ਆ ਉਸੇ ਤਰ੍ਹਾਂ ਹੀ ਹੈ, ਠੀਕ ਨਹੀਂ? ਇਹ ਤਾਂ ਹਰੇਕ ਗੁਰੂ ਹਰੇਕ ਹੀ ਗ੍ਰੰਥ ਵਿੱਚ ਇਹਨੂੰ ਪਾਣੀ ਨੂੰ ਅੱਗ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ, ਹਵਾ ਨੂੰ ਵੀ ਉੱਚਾ। ਹਵਾ ਵੀ ਅਸੀਂ ਆਪਣੀ ਗੰਦੀ ਕਰ ਲਈ ਹੈ, ਠੀਕ ਨੇ ਜੀ? ਧਰਤੀ ਤਾਂ ਗੰਦੀ ਕਰਨੀ ਕਰਨੀ ਹੈ। ਜਿਹੜੀ ਅਸੀਂ ਲੋਕ ਸੋਚਦੇ ਸੀ ਨਾ ਵੀ ਗਿਰਜਾਂ ਖਤਮ ਹੋ ਗਈਆਂ, ਚਿੜੀਆਂ ਖਤਮ ਹੋ ਗਈਆਂ, ਚਿੜੀਆਂ ਨੂੰ ਅਸੀਂ ਘਰ ਪੱਕੇ ਕਰ ਲਏ, ਅੰਦਰ ਵੜ ਨਹੀਂ ਸਕਦੀਆਂ। ਜਿਹੜੀਆਂ ਗਿਰਜਾਂ ਖਤਮ ਹੋਈਆਂ ਨਾ, ਉਹ ਜਿਹੜੀਆਂ ਉੱਪਰ ਉੜਦੀਆਂ ਸੀ ਜਹਾਜ਼ ਤੋਂ ਵੀ ਉੱਚੋ ਉੱਚੀਆਂ ਜਾਂਦੀਆਂ ਹੈਗੀਆਂ, ਉਹ ਇਸ ਕਰਕੇ ਖਤਮ ਹੋਈਆਂ ਹੈ, ਸਾਡੇ ਟਾਈਮ ਉੜਦੀਆਂ ਹੁੰਦੀਆਂ ਸੀਗੀਆਂ, ਹੱਡਾ ਰੂੜੀ ਆਉਂਦੀਆਂ ਸੀਗੀਆਂ। ਪਰ ਲੇਕਿਨ ਕਹਾਣੀ 'ਚ ਜਿਹੜਾ ਅਸੀਂ ਟੀਕਾ ਲਾਉਣਾ ਸ਼ੁਰੂ ਕਰਤਾ ਨਾ ਮੱਝਾਂ ਨੂੰ, ਜਿਹਦੇ ਨਾਲ ਦੁੱਧ ਉੱਤਰ ਜਾਂਦਾ, ਜਦ ਉਹਦਾ ਐਡਾ ਬੜਾ ਮੱਝ ਦਾ ਦਿਮਾਗ ਸੁੰਨ ਹੋ ਸਕਦਾ ਹੈ, ਤਾਂ ਤੁਹਾਡਾ ਹਾਲ ਕੀ ਕਰੂਗਾ ਫਿਰ ਉਹ? ਕਿਉਂਕਿ ਉਹਦੇ ਨਾਲ ਲੇਡੀਜ਼ ਨੂੰ ਮੈਂ ਕਹਿੰਦਾ ਬ੍ਰੈਸਟ ਕੈਂਸਰ ਵੀ ਹੁੰਦਾ ਹੋਊਗਾ, ਅੱਗੇ ਲੜਕਿਆਂ ਦੀ ਫਿਗਰ ਕਿਸ ਤਰ੍ਹਾਂ ਦੀ ਹੁੰਦੀ ਸੀਗੀ। ਅਤੇ ਉਹ ਜਿਹੜੀ ਇਹ ਟੀਕੇ ਲਾਉਣੇ ਆ ਨਾ, ਉਹ ਸਿਰਫ ਮੱਝ ਨੂੰ ਖਰਾਬ ਨਹੀਂ ਕਰਦਾ, ਧੋੜ ਨੂੰ ਵੀ ਖਰਾਬ ਕਰਦਾ ਪਿਆ, ਕਿਉਂਕਿ ਉਹ ਬੱਚਿਆਂ ਦਾ ਦੁੱਧ ਜਿਹੜਾ ਆਪਣੇ ਮੱਝਾਂ ਤੋਂ ਆਉਂਦਾ ਹੈ ਉਹ ਵੀ ਸਾਨੂੰ ਖਰਾਬ ਕਰਦਾ ਪਿਆ, ਠੀਕ ਹੈ ਨਾ ਜੀ? ਉਸ ਤੋਂ ਇਲਾਵਾ ਤੁਹਾਨੂੰ ਮੈਂ ਕੀ ਕਹਿ ਸਕਦੇ, ਜਿਹੜੀਆਂ ਉਹ ਗਿਰਜਾਂ ਖਤਮ ਹੋਈਆਂ ਨਾ, ਉਹਨਾਂ ਨੇ ਮਾਸ ਖਾਧਾ, ਇਹ ਜ਼ਹਿਰੀਲਾ ਮਾਸ ਖਾਧਾ ਮੱਝਾਂ ਦਾ, ਡੰਗਰਾਂ ਦਾ, ਕਿਉਂਕਿ ਨਵੇਂ ਬੋਰਡ ਤਿਆਰ ਨਹੀਂ ਹੋਏ, ਪੁਰਾਣੇ ਮਰ ਗਏ, ਅਤੇ ਇਸ ਕਰਕੇ ਇਹ ਵੀ ਖਤਮ ਹੋ ਗਈਆਂ। ਕੋਈ ਕਹਿ ਰਿਹਾ ਜੀ ਉੱਧਰ ਨੂੰ ਚਲ ਗਈਆਂ ਜੀ, ਉੱਧਰ ਨੂੰ ਖਿੱਚ ਲਈਆਂ ਜੀ, ਉਹ ਵਾਇਰ ਨਾਲ ਖਤਮ ਹੋ ਗਈ, ਕੁਛ ਨਹੀਂ ਖਤਮ ਹੋਇਆ ਹੈਗਾ ਜੀ, ਠੀਕ ਨਹੀਂ? ਇਹ ਵੀ ਇੱਕ ਵਿਲੱਖਣ ਚੀਜ਼ ਹੈ ਜੀ ਵੀ ਨਾਲ ਨਹਿਰ ਵਗ ਜੇ ਆਪਾਂ ਗੰਦ ਸੁੱਟੇ ਹੋਏ, ਪਰ ਫਿਰ ਵੀ ਇੱਥੇ ਸਾਫ਼ ਦੇ ਕਾਰਨ ਹੀ, ਕਿਉਂਕਿ ਇਹਦੇ ਥੱਲੇ ਕੁੰਗਰ ਹੈ, ਪੱਥਰ ਹੈ, ਦੂਸਰਾ ਪੱਥਰ ਹੈਗਾ ਹੈ, ਫਿਲਟਰ ਕਰਨ ਨਾਲ ਬੱਜਦੇ ਫਿਲਟਰ ਹੋ ਜਾਂਦਾ ਹੈਗਾ, ਅਤੇ ਇਹਦੇ ਵਿੱਚ ਰੇਤਾ ਵੀ ਚਿੱਟਾ ਨਿਕਲਣਾ ਥੱਲੋਂ, ਅਤੇ ਇਸ ਕਰਕੇ ਜਿਹੜਾ ਇਹ ਬੰਦੇ ਨਾਲ ਲਵਾਇਆ ਸੀ ਨਾ, ਉਹ ਫੂਡ ਸਪਲਾਈ ਦੇ ਵਿੱਚ ਲੱਗਾ ਵਾ।
ਮੈਂ ਕਿਹਾ ਯਾਰ ਇਹਦਾ ਪਾਣੀ ਬਹੁਤ ਵਧੀਆ, ਪਤਾ ਨਹੀਂ ਕਿਨ ਪੁਣ ਖੱਟਿਆ ਇਹ। ਕਹਿੰਦਾ ਯਾਰ ਮੈਂ ਵੈਸੇ ਦੱਸਣਾ ਤਾਂ ਨਹੀਂ ਚਾਹੁੰਦਾ, ਇਹ ਲਵਾਇਆ ਮੈਂ ਹੀ ਸੀ। ਮੈਂ ਕਿਹਾ ਮੈਂ ਚੈੱਕ ਕਰਾਇਆ ਇੱਕ ਦਿਨ, ਮੈਂ ਵੈਸੇ ਉਹ ਨਲਕੇ ਦਾ ਪਾਣੀ ਲੈਣ ਦੀ ਬਜਾਏ ਇਹਦਾ ਨੀਤਾ, ਇਹਦਾ ਮੈਨੂੰ ਟੇਸਟ ਲੱਗਿਆ ਨਾ, ਇਹ ਖਰਾਬ ਹੋਇਆ ਇਹ, ਇਹ ਇੱਦਾਂ ਹੀ ਜਿੱਦਾਂ ਤੁਸੀਂ ਰੱਖਣਾ ਐਵੇਂ ਸਟੇਲ ਹੀ ਰਹਿਣਾ ਹੈ। ਠੀਕ ਨਹੀਂ, ਦੁੱਖ ਹੁੰਦਾ ਵੈਸੇ ਯਾਰ ਲੋਕ ਇੱਦਾਂ ਸੁੱਟਦੇ ਆ। ਵੈਸੇ ਜਿੰਨੇ ਸਾਡੇ ਦੇਸ਼ 'ਚ ਭਗਤ ਹੈਗੇ ਨੇ ਇਕੱਠੇ, ਓਨਾ ਹੀ ਉਹ ਲੋਕ ਗੰਦ ਪਾਉਂਦੇ ਆ, ਠੀਕ ਨਹੀਂ ਆ। ਧੰਨਵਾਦ ਤੁਹਾਡਾ ਜੀ ਸਮਾਂ ਦੇਣ, ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਔਰ ਇਹ ਸਾਨੂੰ ਅਚਨਚੇਤ ਜਿਹੜੇ ਹੈਗੇ ਅਚਾਨਕ ਮਿਲ ਜਾਂਦੇ ਨੇ। ਜਿਨ੍ਹਾਂ ਨੇ ਦੱਸਿਆ ਵੀ ਮੈਂ ਭਾਈ ਖੁਦ ਟੈਸਟ ਕਰਵਾਇਆ, ਕਿੰਨਾ ਕਿੰਨਾ TDS ਆਇਆ ਤਿੰਨੇ ਜਿਹੜੇ ਪੰਪਾਂ ਨਲਕਿਆਂ ਤੋਂ, ਤਾਂ ਪਾਣੀ ਦਾ ਉਹ ਤੁਸੀਂ ਦੇਖ ਸਕਦੇ ਹੋ, ਹੁਣ ਦੇਖ ਸਕਦੇ ਹੋ ਸਾਫ਼ ਤੌਰ 'ਤੇ, ਅਜੇ ਵੀ ਲਾਈਨ ਜਿਹੜੀ ਨਹੀਂ ਟੁੱਟਦੀ, ਲਾਈਨਾਂ ਲੱਗੀਆਂ ਰਹਿੰਦੀਆਂ ਨੇ ਇੱਥੇ। ਤਾਂ ਇੱਥੇ ਹਰ ਤਰ੍ਹਾਂ ਦੇ ਹਰ ਵਰਗ ਦੇ ਲੋਕ ਆਉਂਦੇ ਆ, ਕਿਉਂਕਿ ਪਾਣੀ ਹਰੇਕ ਕੋਈ ਚਾਹੁੰਦਾ ਵੀ ਸਾਡਾ ਸਰੀਰ ਠੀਕ ਰਹੇ, ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਸ਼ੁੱਧ ਪਾਣੀ, ਅਤੇ ਉਸ ਸ਼ੁੱਧ ਪਾਣੀ ਦੇ ਲਈ ਇੱਥੇ ਦੂਰੋਂ ਦੂਰੋਂ ਜਿਹੜੇ ਆ ਵੀਰ ਭੈਣ ਆਉਂਦੇ ਆ। ਅਤੇ ਮੈਂ ਤਾਂ ਕਹਿੰਦਾ ਵੀ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਵੀ ਵੱਡੇ ਵੱਡੇ ਅਫਸਰ ਜਿਹੜੇ ਹੈਗੇ ਆ ਉਹ ਇੱਥੋਂ ਹੀ ਭਰਦੇ ਆ ਬਾਈ ਜੀ ਪਾਣੀ, ਕਿਉਂਕਿ ਪਾਣੀ ਇਹ ਬਹੁਤ ਜ਼ਿਆਦਾ ਇੱਕ ਤਾਂ ਨੈਚੁਰਲ ਹੈ, ਕੁਦਰਤੀ ਹੈ, ਔਰ ਇਹਦਾ TDS ਜਿਵੇਂ ਭਾਅ ਜੀ ਹੋਰਾਂ ਨੇ ਗੱਲ ਕੀਤੀ 167 172 ਤੱਕ ਹੈ, ਤਾਂ ਮਿੱਠਾ ਵੀ ਹੈ ਪਾਣੀ, ਟੇਸਟੀ ਪਾਣੀ ਹੈ, ਪਰ ਨਾਲ ਨਹਿਰ ਵਗ ਰਹੀ ਹੈ ਜਿਹਦੇ ਵਿੱਚ ਸਾਫ਼ ਤੌਰ 'ਤੇ ਵੇਖ ਸਕਦੇ ਹਾਂ ਵੀ ਗੰਦਗੀ ਲੋਕਾਂ ਦੇ ਵੱਲੋਂ ਸੁੱਟੀ ਗਈ ਹੈ। ਪਰ ਆਪਾਂ ਆਪਣੀਆਂ ਨਹਿਰਾਂ ਨੂੰ, ਆਪਣੇ ਦਰਿਆਵਾਂ ਨੂੰ ਆਪਣਾ ਫਰਜ਼ ਸਮਝੀਏ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕਹੀ ਹੈ, ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ, ਇਹਨਾਂ ਨੂੰ ਗੰਧਲੇ ਨਾ ਕਰੀਏ, ਸਾਂਭ ਲਈਏ, ਤਾਂ ਸਾਡੇ ਕੋਲ ਮਤਲਬ ਕਿ ਕਹਿ ਲਈਏ ਵੀ ਫਿਲਟਰਾਂ ਦੀ ਵੀ ਫਿਰ ਲੋੜ ਨਹੀਂ ਪੈਣੀ। ਇਹ ਇੱਕ ਸਾਜਿਸ਼ ਦੇ ਤਹਿਤ ਸਾਰਾ ਕੁਝ ਹੁੰਦਾ ਹੈ, ਕੀ ਕੰਪਨੀਆਂ ਨੇ ਕੀ ਕੁਝ ਵੇਚਣਾ ਹੁੰਦਾ, ਤਾਂ ਉਸ ਤਰ੍ਹਾਂ ਦੇ ਨਾਲ ਇਹ ਕੀ ਕੰਮ ਕੀਤੇ ਨੇ। ਪਰ ਵਿਦੇਸ਼ਾਂ ਦੀ ਗੱਲ ਕੀਤੀ ਸੀ, ਵਿਦੇਸ਼ਾਂ ਦੇ ਦੌਰੇ ਅਸੀਂ ਵੀ ਕੀਤੇ ਆ, ਤਾਂ ਮੈਂ ਹੁਣ ਤੱਕ ਕਈ ਦੇਸ਼ ਘੁੰਮਿਆ, ਹਰ ਥਾਂ 'ਤੇ ਜਾ ਕੇ ਇਹੀ ਦੇਖਿਆ ਵੀ ਪਾਣੀ ਸ਼ੀਸ਼ੇ ਵਰਗਾ ਬਾਈ ਜੀ ਸਾਫ਼ ਮਿਲਿਆ ਸਾਨੂੰ। ਇਹ ਹਾਲਾਤ ਤਾਂ ਕਦੇ ਵੀ ਨਹੀਂ ਦੇਖੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ, ਤਾਂ ਮੈਂ ਜ਼ਰੂਰ ਕਹਾਂਗਾ ਵੀ ਅਸੀਂ ਆਪਣੇ ਪਾਣੀ ਨੂੰ, ਆਪਣੀ ਧਰਤੀ ਨੂੰ, ਆਪਣੀ ਹਵਾ ਨੂੰ ਪ੍ਰਦੂਸ਼ਿਤ ਨਾ ਕਰੀਏ। ਉਹਦੇ ਲਈ ਅਸੀਂ ਇੱਕ ਚੰਗਾ ਨਾਗਰਿਕ ਹੋਣ ਦਾ ਅਤੇ ਆਪਣੇ ਪਰਮਾਤਮਾ ਦੇ ਚੰਗੇ ਸੇਵਾਦਾਰ ਹੋਣ ਦਾ ਆਪਾਂ ਫਰਜ਼ ਜ਼ਰੂਰ ਨਿਭਾਈਏ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।